ਉੱਪਰੋਂ ਸਿਹਾਲਾ ਜੀ ਐਂਡ ਅਸੀਂ ਇੱਥੇ ਜੀ ਕੰਮ ਕਰਦੇ ਹਾਂ ਗਲਾਸ ਹਾਊਸ ਦੇ ਵਿੱਚ ਹਾਂਜੀ ਨਿਊਜ਼ੀਲੈਂਡ ਦੇ ਵਿੱਚ ਇਹ ਪੁੱਕੀ ਗਈ ਸ਼ਹਿਰ ਹੈ ਜਾਣੀ ਕਿ ਆਕਲੈਂਡ ਦੇ ਕੋਲ ਪੈ ਜਾਂਦਾ ਅਸੀਂ ਮੈਨੂੰ ਇੱਥੇ 1 ਸਾਲ ਤੋਂ ਉੱਪਰ ਹੋ ਚੁੱਕਿਆ ਜੀ ਮੈਂ ਪਹਿਲਾਂ ਸਟੂਡੈਂਟ ਵੀਜ਼ਾ 'ਤੇ ਆਇਆ ਸੀ ਆਈਟੀ ਕਰਦਾ ਸੀ ਬਟ ਹੁਣ ਮੈਨੂੰ ਫਿਰ ਸਟੂਡੈਂਟ ਵੀਜ਼ਾ ਲੈਣਾ ਪਿਆ ਕਿਉਂਕਿ ਅੱਗੇ ਮੈਨੂੰ ਆਪਣਾ ਕੁਛ ਫਿਊਚਰ ਦਿਖ ਨਹੀਂ ਰਿਹਾ ਸੀ ਆਈਟੀ ਵਿੱਚ ਸੋ ਮੈਨੂੰ ਹੁਣ ਮੈਂ ਗਲਾਸ ਹਾਊਸ 'ਚ ਕੰਮ ਕਰ ਰਿਹਾ ਅਤੇ ਇੱਥੇ ਅਸੀਂ ਖੀਰੇ ਲਾਏ ਨੇ ਕਕੁੰਬਰ ਯਾਨੀ ਕਿ ਕਕੁੰਬਰ ਕਹਿ ਰਹੇ ਹਾਂ ਅੱਜ ਤੁਹਾਨੂੰ ਦੱਸਾਂਗੇ ਤਾਂ ਇੱਥੇ ਕਿੱਦਾਂ ਕੰਮ ਹੁੰਦਾ ਜੀ ਲਓ ਜੀ ਵਿਪਨ ਵਿਰ ਜੀ ਤੁਹਾਨੂੰ ਦੱਸਣਗੇ ਹਲੋ ਜੀ ਵਿਪਨ ਵਿਰ ਜੀ ਤੁਹਾਨੂੰ ਦੱਸਣਗੇ ਤੁਹਾਨੂੰ ਹੁਣ ਵੀਡੀਓ ਦਿਖਾਉਣ ਲੱਗੇ ਹਾਂ ਅਸੀਂ ਖੀਰੇ ਕਿੱਦਾਂ ਤੋੜਦੇ ਹਾਂ ਅਤੇ ਕਿੱਦਾਂ ਡਾਲਰ ਕਮਾਉਂਦੇ ਹਾਂ ਤੁਸੀਂ ਕਹਿੰਦੇ ਹੋ ਨਾ ਬਾਹਰ ਬੈਠੇ ਇੰਡੀਆ ਬੈਠੇ ਕਿ ਮੁੰਡੇ ਡਾਲਰ ਬਹੁਤ ਕਮਾਉਂਦੇ ਬਹੁਤ ਕਮਾਉਂਦੇ ਆ ਦੇਖਦੇ ਹੋ ਹੁਣ ਕੀ ਕਿੰਨੇ ਡਾਲਰ ਕਮਾਉਂਦੇ ਹਾਂ ਅਸੀਂ ਲਓ ਜੀ ਦੇਖੋ ਸਾਡੇ ਕੰਮ ਅਸੀਂ ਕਿੱਦਾਂ ਕਰ ਰਹੇ ਹਾਂ ਲਓ ਜੀ ਇਹ ਹੈਗੀ ਇਲੈਕਟ੍ਰੋਨਿਕ ਮਸ਼ੀਨ ਹਾਂਜੀ ਤੇ ਇਥੋਂ ਅੱਗੇ ਤੁਸੀਂ ਮੈਨੂੰ ਪੈਡਲ ਕੋਲ ਦਿਖਾਓ ਜੀ ਪੂਰੇ ਹੈਂਡਲ ਦਿਖਾਣਾ ਓਕੇ ਜੀ ਚੱਲਦੀ ਕਿੱਥੇ ਸਟਾਰਟ ਹੁੰਦੀ ਹੈ ਜੀ ਆ ਜੀ ਪੈਡਲ ਆ ਜੀ ਆ ਪੈਡਲ ਆ ਜੀ ਇੱਥੇ ਨੇ ਮਸ਼ੀਨ ਨੇ ਅੱਗੇ ਚੱਲਣਾ ਜੀ ਹਾਂਜੀ ਤੇ ਕਾ ਉਤੋਂ ਆ ਜੀ ਇੱਥੇ ਔਨ ਹਾਂਜੀ ਤੇ ਆਫ ਹੁੰਦੀ ਹੈ ਤੇ ਇਧਰੋਂ ਰਾਈਟ ਲੈਫਟ ਹੈ ਹਾਂਜੀ ਲੋ ਜੀ ਪਹਿਲਾਂ ਅਸੀਂ ਤੋੜਨੇ ਦਾ ਇੱਕ ਸੈਟ ਤੋਂ ਖੀਰੇ ਹਾਂਜੀ ਅਜੇ ਪੂਰੇ ਖੀਰੇ ਹੋਏ ਨਹੀਂ ਵੈਸੇ ਇਹ ਹੈ ਕਿ ਤੁਹਾਨੂੰ ਇੱਕ ਹੋਰ ਦੱਸ ਦੋ ਆਈ ਆਇਆ ਉਹਨੇ ਦੱਸ ਲੈ ਟਵਿਸਟਿੰਗ ਕਰਦੇ ਹਾਂਜੀ ਆ ਸਾਨੂੰ ਤੰਦ ਤੋੜਨੇ ਪੈਂਦੇ ਨੇ ਤੰਦ ਕਹਿੰਦੇ ਆ ਜੀ ਹਾਂਜੀ ਆ ਦੇਖੋ ਤੰਦ ਜੀ ਆ ਦੇਖੋ ਜੀ ਤੰਦ ਜੀ ਇਹਨੂੰ ਦੇਖੋ ਟਵਿਸਟਿੰਗ ਦਿਖਾਓ ਜੀ ਆ ਇਦਾਂ ਟਵਿਸਟਿੰਗ ਕਰਨੀ ਇੱਕ ਵਟਾ ਇਦਾਂ ਹੀ ਇੱਕ ਵਟਾ ਇਦਾਂ ਹੀ ਤੇ ਇੱਕ ਵਟਾ ਜੀ ਇਹਨੂੰ ਦੇਣਾ ਸੀ ਇਦਾਂ ਹੀ ਆਹੋ ਵੀ ਟਵਿਸਟਿੰਗ ਹਾਂਜੀ ਅੱਜ ਅਸੀਂ ਵੈਸੇ ਤੁਹਾਨੂੰ ਸਿਰਫ ਅਸੀਂ ਵੀਡੀਓ ਦਿਖਾ ਰਹੇ ਹਾਂ ਤਾਂ ਅਸੀਂ ਪਾਰਟੀ ਦੇ ਰਹੇ ਕ੍ਰਿਸਮਸ ਦੀ ਪਾਰਟੀ ਹੈ ਜੀ ਹਾਂਜੀ ਯਾਨੀ ਕਿ ਗੋਰਿਆਂ ਦਾ ਤਿਉਹਾਰ ਹੈ ਵੈਸੇ ਤਾਂ ਕ੍ਰਿਸਮਸ ਅਸੀਂ ਪਤਾ ਨਹੀਂ ਇੰਡੀਅਨ ਕਿਉਂ ਮਨਾ ਰਹੇ ਹਾਂ ਉਰੇ ਹਾਂਜੀ ਇਹ ਕ੍ਰਿਸਮਸ ਪਾਰਟੀ ਦਾ ਅੱਜ ਸੋਚਿਆ ਤੁਹਾਨੂੰ ਚਲੋ ਵੀਡੀਓ ਬਣਾ ਕੇ ਦਿਖਾ ਦਈਏ ਵੈਸੇ ਤਾਂ ਸੋਹਣੇ ਜਿਹੇ ਕੱਪੜੇ ਸਿਰਫ ਅਸੀਂ ਇਹ ਪਾਰਟੀ ਹੈ ਕੋਲੇ ਆ ਜਿਹੜੇ ਪਾਈ ਦੇ ਜੀ ਉਹ ਤਾਂ ਹੈ ਇਹ ਤਾਂ ਹੁਣ ਅਸੀਂ ਤੁਸੀਂ ਇੰਨੇ ਇਹ ਜਿਹੇ ਭਈਆਂ ਦੇ ਕੱਪੜੇ ਹੁੰਦੇ ਉਹ ਵੀ ਕਿੱਦਾਂ ਪਾ ਕੇ ਜੀ ਵੈਸੇ ਗੁੱਸਾ ਨਹੀਂ ਕਰੋ ਕੰਮ ਬੜਾ ਹਾਰਡ ਨਹੀਂ ਹੈਗਾ ਔਰ ਲੱਗਦਾ ਬਸ ਗਰਮੀ ਬਹੁਤ ਹੈ ਹਾਂਜੀ ਆ ਸਾਰਾ ਪਲਾਸਟਿਕ ਦਾ ਹੈ ਆ ਸਾਰਾ ਪਲਾਸਟਿਕ ਦਾ ਪਰ ਇਹ ਪਲਾਸਟਿਕ ਦਾ ਉਸਾ ਵੈਸੇ ਤਾਂ ਅਸੀਂ ਇਹਨੂੰ ਗਲਾਸ ਹਾਊਸ ਕਹਿੰਦੇ ਹੈ ਤਾਂ ਪਲਾਸਟਿਕ ਦਾ ਬਣੇ ਤੇ ਇੱਕ ਹੋਰ ਤੁਹਾਨੂੰ ਇੱਥੇ ਕੀ ਦੱਸੀ ਹੈ ਜੀ ਲਓ ਜੀ ਦੇਖੋ ਜੀ ਤੁਹਾਨੂੰ ਮਸ਼ੀਨ ਤੇ ਲਾ ਕੇ ਖਾਣੇ ਹਾਂਜੀ ਅੱਗੇ ਕਿ ਤੁਸੀਂ ਆਈ ਮੈਂ ਥੋੜਾ ਜਿਹਾ ਅੱਗੇ ਮੜੇ ਝੂਟੇ ਲਈ ਜਾਵਾਂ ਠੀਕ ਹੈ ਜੀ ਆ ਦੇਖੋ ਜੀ ਅਸੀਂ ਅੱਗੇ ਜੀ ਇੱਕ ਇੱਕ ਖੀਰਾ ਤੇ ਤੋੜ ਦਿੰਦੇ ਹਾਂ ਹਾਂਜੀ ਤੇ ਉਹ ਆ ਜੀ ਤੁਸੀਂ ਵੀ ਉੱਪਰ ਆ ਜੀ ਤੁਸੀਂ ਮੈਂ ਉੱਧੀ ਸਾਈਡ ਖੜਨਾ ਜੀ ਲਓ ਜੀ ਐਡੀ ਲੰਬੀ ਲਾਈਨ ਆ ਜੀ ਆ ਤੁਹਾਨੂੰ ਮੁੰਡਾ ਲੈ ਦਿਖਾਊਗਾ ਜੀ ਇਹ ਜਾਨੀ ਕਿ ਮਸ਼ੀਨ ਚਲਾ ਰਿਹਾ ਇਸ ਟਾਈਮ ਇਹ ਮਸ਼ੀਨ ਚੱਲ ਰਹੀ ਹੈ ਹਾਂਜੀ ਲਓ ਜੀ ਹੁਣ ਦੇਖਿਓ ਤੁਸੀਂ ਅਸੀਂ ਇੱਕ ਨਾ ਮਸ਼ੀਨ ਇੱਧਰੋਂ ਖੀਰਾ ਤੋੜਦੇ ਲੈ ਜਾਵਾਂਗੇ ਅਤੇ ਇੱਕ ਉੱਧਰੋਂ ਖੀਰਾ ਤੋੜਦੇ ਲਿਆਵਾਂਗੇ ਮੈਂ ਕਹਿੰਦਾ ਸਾਰੇ ਪਾਸ ਨਿਗਾਹ ਮਰਾਓ ਜੀ ਇਹਨਾਂ ਨੂੰ ਖੀਰੇ ਦਿਖਾਓ ਜੀ ਕਿੰਨੀਆਂ ਲੈਣਾ ਨੇ ਹਾਂ ਅਤੇ ਇੱਕ ਹੋਰ ਗੱਲ ਜੀ ਇੱਥੇ 12 ਲੈਣਾ ਨੇ ਅਸੀਂ 3 ਬੰਦੇ ਕੰਮ ਕਰਦੇ ਉਰੇ ਤੇ 4-4 ਆ ਜਾਂਦੇ ਆ ਸਭ ਨੂੰ ਜੀ ਸਾਨੂੰ 4-4 ਵੰਡੀ ਮਿਲੇ ਨਿਆਣੇ ਤੁਹਾਡੀ ਕਿਵੇਂ ਵਾ ਲੜਾਈ ਹੁੰਦੀ ਆ ਭਾਈ ਲੈਣਾ ਆਹ ਮੈਂ ਲੈਣੀ ਆ ਤੈਂ ਲੈਣੀ ਆ ਲੈਣ ਬਿਲਕੁਲ ਜੀ ਕਿਉਂਕਿ ਜਦੋਂ ਇੱਕ ਬੰਦਾ ਖੀਰੇ ਤੋੜ ਦਿੰਦਾ ਵੀ ਉਹਨੇ ਕਈ ਵਾਰ ਖੀਰੇ ਖੁਰੇ ਰਹਿ ਜਾਂਦੇ ਨੇ ਕਿਉਂ ਗਰਮੀ ਬਹੁਤ ਪੈਂਦੀ ਆ ਮੱਤ ਵੱਜੀ ਹੁੰਦੀ ਆ ਉਸ ਟਾਈਮ ਬਿਲਕੁਲ ਜੀ ਸੋਚ ਨਹੀਂ ਸਕਦੇ ਕਿਉਂਕਿ ਸੋਚ ਸਕਦੇ ਹੋ ਕਿ ਇੱਥੇ ਕੰਮ ਕਰਨਾ ਕਿੰਨਾ ਹਾਰਡ ਹੋ ਸਕਦਾ ਹਾਂਜੀ ਇੱਥੇ ਗਰਮੀ ਵਿੱਚ ਤਾਂ 50°C ਤਾਪਮਾਨ ਰਹਿੰਦਾ ਜੀ ਯਾਨੀ ਕਿ ਹੁਣ ਗਰਮੀਆਂ ਪੈ ਰਹੀਆਂ ਔਰ ਗਰਮੀਆਂ ਦਾ ਮੌਸਮ ਆ ਜੀ ਅਤੇ ਇੱਥੇ 50° ਆਮ ਟੈਂਪਰੇਚਰ 45+ ਰਹਿੰਦਾ ਸੀ ਅਤੇ ਗਰਮੀ ਪਸੀਨੋ ਪਸੀਨੀ ਹੋ ਜੀ ਸੀ ਚਲੋ ਕੋਈ ਗੱਲ ਨਹੀਂ ਪੈਸੇ ਵੀ ਕਮਾਉਣੇ ਜੀ ਇੰਨੀ ਦੂਰ ਹੁਣ ਅਸੀਂ ਆਏ ਹਾਂ ਜੀ ਡਾਲਰ ਵੀ ਇੰਨੀ ਮਾਰਨੇ ਆ ਪਾਤਰ ਜੀ ਹਾਂਜੀ ਡਾਲਰ ਤੁਸੀਂ ਕਹਿੰਦੇ ਨਾ ਜੀ ਕਿ ਇੱਦਾਂ ਹੀ ਲੱਟ ਕੇ ਤੁਹਾਨੂੰ ਮਿਲ ਜਾਣਗੇ ਬਟ ਕਹਿੰਦੇ ਨੇ ਹੁਣ ਇੱਕ ਤਾਂ ਇਹ 40 ਹੋਏ ਹੈ ਜੀ ਬੜਾ ਨਿਆਰਾ ਆ ਰਿਹਾ ਵੈਸੋਂ ਸਾਡੇ ਕੋਲ ਪੈਸੇ ਬਣ ਨਹੀਂ ਰਹੇ ਕਿਉਂਕਿ ਅਸੀਂ ਫੀਸ ਵੀ ਭਰਾਈ ਆ ਜੀ ਆਪਣੀ ਸਾਰੇ ਇੰਡੀਆ ਦੇ ਭੇਜ ਨਹੀਂ ਰਹੇ ਕਿਆ ਕਰੀਏ ਲਓ ਜੀ ਹੁਣ ਤੁਹਾਨੂੰ ਅਸੀਂ ਵਾਪਸ ਲੈ ਕੇ ਜਾ ਰਹੇ ਹਾਂ ਕਿਉਂਕਿ ਪਾਰਟੀ ਸਾਡੀ ਸ਼ੁਰੂ ਹੋਣ ਵਾਲੀ ਆ ਹਾਂਜੀ ਜੇ ਕੋਈ ਆਊ ਗਿਆ ਤਾਂ ਪੰਗਾ ਪੈ ਜਾਣਾ ਜੀ ਵੇਟ ਲਓ ਜੀ ਤੁਹਾਨੂੰ ਹੁਣ ਦਿਖਾਉਣ ਲੱਗੇ ਵਾਪਸੀ ਹੁਣ ਅਸੀਂ ਚੱਲ ਰਹੇ ਵਾਪਸੀ ਉੱਧਰ ਹਾਂ ਦੇਖੋ ਜੀ ਗੱਡੀ ਚੱਲਦੀ ਪਈ ਸਾਡੀ ਤੇ ਕਟਰ ਵੀ ਤੁਹਾਨੂੰ ਮਿਲਣਗੇ ਖੀਰ ਕੱਟਣ ਨੂੰ ਤੇ ਗਲਾਸ ਤੁਹਾਨੂੰ ਪਾ ਕੇ ਅਸੀਂ ਗਲਾਸ ਤੋੜਨੇ ਖੀਰੇ ਜੀ ਇੱਕ ਸਾਡਾ ਜੋ ਬੰਦਾ ਖੜਾ ਜੀ ਉਹ ਪਤਾ ਨਹੀਂ ਕੀ ਕਰ ਰਿਹਾ ਡੀ ਕਰੇ ਚਲੋ ਛੱਡੋ ਜੀ ਤੇ ਇੱਥੇ ਗਿਆ ਮੋਟਰ ਦਾ ਸਾਡਾ ਆ ਗਿਆ ਹਾਫ ਹੁੰਦਾ ਜੀ ਤੇ ਹੁਣ ਆ ਪਾਈਪਾਂ ਖਾਣਾ ਜੀ ਮੈਂ ਆ ਪਾਈਪਾਂ ਜੀ ਜਿਹੜੀ ਆ ਪਾਈਪਾਂ ਨਾ ਜੀ ਇਹ ਸਾਡੇ ਸਿਆਲਾਂ ਲਈ ਕੰਮ ਆਉਂਦੀ ਇਸ ਵਿੱਚ ਅਸੀਂ ਗਰਮ ਪਾਣੀ ਜਾਂਦਾ ਤੇ ਸਾਰੇ ਹਾਊਸ 'ਚ ਹੀਟ ਪ੍ਰੋਡਿਊਸ ਹੁੰਦੀ ਤੇ ਸਾਰੇ ਜਾਣ ਕੇ ਗਰਮੀ ਪੂਰੀ ਹੀਟ ਹੋ ਜਾਂਦੀ ਉਰੇ ਤੁਹਾਨੂੰ ਇੱਕ ਹੋਰ ਦਿਖਾਉਣਾ ਜੀ ਇੱਧਰ ਨੂੰ ਬੈਗ ਦਿਖਾਓ ਜੀ ਤੁਹਾਨੂੰ ਆ ਜੀ ਅਸੀਂ ਬੈਗਾਂ ਦੇ ਵਿੱਚ ਬੂਟੇ ਲਾਈ ਦੇਣੇ ਜੀ ਦੇਖੋ ਜੀ ਦੇਖੋ ਜੀ ਆਹ ਬੈਗ ਨਹੀਂ ਅਤੇ ਜਿਹੜੇ ਕੱਪ ਨਹੀਂ ਇਸ ਵਿੱਚ ਅਸੀਂ ਪਲਾਂਟ ਲਾਈ ਦਾ ਪਹਿਲਾਂ ਛੋਟਾ ਪਲਾਂਟ ਹੁੰਦਾ ਤਾਂ ਪਲਾਂਟ ਲਾ ਕੇ
ਜੋ ਥੋੜਾ ਵੱਡਾ ਹੋ ਜਾਂਦਾ ਇੱਥੇ ਤੱਕ ਆ ਜਾਂਦਾ ਤਾਂ ਅਸੀਂ ਉਹਦੀ ਰੱਸੀ ਬੰਨਦੇ ਆ ਇਸ ਟਾਈਪ ਦੀ ਪੂਰੀ ਰੱਸੀ ਆ ਬੰਨੀ ਆ ਰੱਸੀ ਨਾਲ ਉੱਪਰ ਉੱਪਰ ਰੱਸੀ ਆ ਜਾਂਦੀ ਤੇ ਪਾਣੀ ਸੋਚ ਰਹੇ ਹੋ ਕਿ ਤੁਸੀਂ ਕਿਵੇਂ ਆਉਂਦਾ ਆਹ ਟੁੱਟੀ ਆ ਜੀ ਇਹ 'ਚ ਪਾਣੀ ਆਉਂਦਾ ਇਸ ਟੁੱਟ ਰਿਹਾ ਇਹਨੂੰ ਪਾਣੀ ਆਉਂਦਾ ਜੀ ਤੇ ਹੌਲੀ ਹੌਲੀ ਬੂਟਾ ਗਰੋ ਹੁੰਦਾ ਜੀ ਹਾਂਜੀ ਬਾਈ ਹੁਣ ਅਸੀਂ ਵਾਪਸ ਆ ਰਹੇ ਹਾਂ ਤੇ ਇੱਕ ਬੱਚਾ ਹੋਰ ਆ ਰਿਹਾ ਜੀ ਬੀਨਸ ਬੀਨਾ ਕਿੱਦਾਂ ਫਲੀਆਂ ਕਿੱਦਾਂ ਤੋੜਦੇ ਹਾਂ ਅਸੀਂ ਇੱਥੇ ਤਾਂ ਬੀਨਸ ਹੀ ਕਹਿੰਦੇ ਹਾਂ ਜੀ ਚਲੋ ਕਾਕਾ ਜੀ ਉੱਤਰ ਥੱਲੇ ਹੁਣ ਹਾਂਜੀ ਜੋ ਇਹ ਬਟਨ ਆ ਜੀ ਇਸ ਤੋਂ ਪੂਰਾ ਗਲਾਸ ਹਾਊਸ ਖੋਲਦਾ ਜੀ ਪੂਰਾ ਗਲਾਸ ਹਾਊਸ ਦਿਖਾਓ ਜੀ ਇਸ ਬਟਨ ਤੋਂ ਜੀ ਠੀਕ ਹੈ ਜੀ ਉਹ ਤੁਸੀਂ ਦੇਖ ਰਹੇ ਹੋ ਜਿੱਥੇ ਜੀ ਠੀਕ ਹੈ ਜੀ ਅਤੇ ਆਹ ਦੇਖੋ ਟੈਂਪਰੇਚਰ ਤੁਹਾਨੂੰ ਦਿਖਾਉਣਾ ਜੀ ਇਹ ਟੈਂਪਰੇਚਰ ਲਾਇਆ ਅਤੇ ਬਟ ਹਲੇ ਇਸ ਤੋਂ ਸ਼ਾਮਾਂ ਹੋ ਗਿਆ 30+ ਟੈਂਪਰੇਚਰ ਚੱਲ ਰਹੇ ਤੁਹਾਨੂੰ ਅੱਗੇ ਅੱਗੇ ਹੋਰ ਹਾਊਸ ਦਿਖਾਉਣਾ ਜੀ ਆਹ ਲਓ ਜੀ ਸਾਡੀ ਨਵੀਂ ਪਲਾਂਟਿੰਗ ਲੱਗੀ ਹੋਈ ਬੀਨਾਂ ਦੀ ਜੀ ਇਹ ਹਲੇ ਬਹੁਤ ਛੋਟੇ ਨੇ ਇਹ ਹਲੇ ਬੀਨਸ ਲੱਗੀ ਹੋਈ ਹੈ ਜੀ ਇਹਨੂੰ ਟਾਈਮ ਲੈਣਾ ਜੀ ਅਤੇ ਇਹਨੂੰ ਹੋਰ ਇੱਕ ਨਵੀਂ ਗੱਲ ਦੱਸਦਾ ਇਹ 6 ਹਫ਼ਤੇ ਪੂਰੇ ਗਰੋ ਹੋਣ ਲੱਗਦੇ ਨੇ ਅਤੇ 6 ਹਫ਼ਤੇ ਇਹ ਸਿਰਫ ਪੇਕਿੰਗ ਹੁੰਦਾ ਜੀ 6 ਹਫ਼ਤੇ ਇਹਦੇ ਵਿੱਚ ਫਲ ਮਿਲਦਾ ਜੀ 6 ਹਫ਼ਤੇ ਇਹਨੂੰ ਪੁੱਟ ਕੇ ਸੁੱਟਦੀ ਜੀ ਬਿਨ ਵਿੱਚ ਸਿੱਟੀ ਅਸੀਂ ਅਤੇ ਅੱਗੇ ਕਿਹੜਾ ਹਾਊਸ ਹੈ ਅਗਲਾ ਹਾਊਸ ਹੈ ਜੀ ਉਹ ਰੈਡੀ ਹੈ ਉਸ ਵਿੱਚ ਅਸੀਂ ਬੀਨਾ ਤੋੜ ਦਈਏ ਅਤੇ ਉਹ ਆਹ ਹਾਊਸ ਆ ਜੀ ਆਹ ਦੇਖੋ ਜੀ ਇਸ ਹਾਊਸ ਵਿੱਚ ਦੇਖੋ ਆਹ ਤੁਹਾਨੂੰ ਬੀਨਾ ਦਿਖਾਉਣਾ ਜੀ ਤੁਹਾਨੂੰ ਅੱਗੇ ਹਾਊਸ ਦਿਖਾਉਣਾ ਮਾੜਾ ਅੱਗੇ ਨੂੰ ਚੱਲਦੇ ਤੁਹਾਨੂੰ ਅੱਗੇ ਅੱਗੇ ਦਿਖਾਉਣਾ ਇਹ ਤਾਂ ਸਟਾਰਟਿੰਗ ਹੈ ਜੀ ਜਿੱਕਣ ਇੱਥੇ ਵੀ ਪੂਰੀਆਂ 12 ਲਾਈਨਾਂ ਹੁੰਦੀਆਂ ਜੀ ਹਾਂਜੀ ਇੱਥੇ ਵੀ ਤੁਹਾਨੂੰ ਚਲੋ ਅਸੀਂ ਦਿਖਾਉਂਦੇ ਚਲੋ ਤੁਹਾਨੂੰ ਪਹਿਲਾਂ ਬੀਨਸ ਦਿਖਾਉਂਦੇ ਆਹ ਦੇਖੋ ਜੀ ਬੀਨਸ ਦਿਖਾਓ ਜੀ ਆਹ ਸਾਈਜ਼ ਤੋੜੀ ਦਾ ਜੀ ਇਹ ਸਾਈਜ਼ ਨੂੰ ਅਸੀਂ ਕਹਿੰਦੇ ਹਾਂ ਜੀ ਇਸ ਸਾਈਜ਼ ਨੂੰ ਅਸੀਂ ਕਹੀਦਾ 1 ਨੰਬਰ ਜੀ ਅਤੇ ਤੁਹਾਨੂੰ ਦੋ ਇੱਥੇ 3 ਸਾਈਜ਼ ਬੀਨਸ ਹੁੰਦੇ 1 ਨੰਬਰ 2 ਨੰਬਰ 3 ਨੰਬਰ ਜੀ ਇਹਨੂੰ ਤੁਸੀਂ 2 ਨੰਬਰ ਵੀ ਕਹਿ ਸਕਦੇ ਹੋ ਜੀ ਅਤੇ ਤੁਹਾਨੂੰ 3 ਨੰਬਰ ਬੀਨ ਦਿਖਾਉਣਾ ਜੀ ਮੈਂ ਭਾਈ ਆ ਜਾ 3 ਨੰਬਰ ਬੀਨ ਦਿਖਾ ਜੀ ਚਲੋ ਅਸੀਂ ਇਸ ਨੂੰ 3 ਨੰਬਰ ਬੀਨ ਕਹਿੰਦੇ ਹਾਂ ਕਿਉਂਕਿ ਨਾ ਤਾਂ ਸਿੱਧੀ ਹੈ ਨਾ ਕਿਸੇ ਪਾਸੇ ਨੂੰ ਜੀ ਅਤੇ ਅਸੀਂ ਇੱਥੇ ਅਸੀਂ 2 ਮਸ਼ੀਨਾਂ ਯੂਜ਼ ਕਰਦੇ ਹਾਂ ਇਲੈਕਟ੍ਰੋਨਿਕ ਸੀ ਇੱਥੇ ਸਿਰਫ 2 ਬੰਦੇ ਉੱਪਰੋਂ ਤੋੜਦੇ ਜੀ ਅਤੇ 3 ਬੰਦੇ ਜੀ ਉਹ ਥੱਲੋਂ ਤੋੜਦੇ ਜੀ 2 ਬੰਦੇ ਘਰ ਦੇ ਮੈਂਬਰ ਨੇ ਅਤੇ 1 ਬੰਦਾ ਇੱਕ ਨੂੰ ਥੱਲੇ ਜਿਹੜਾ ਵਰਕਰ ਕੰਮ ਕਰਦਾ ਹੁੰਦਾ ਜੀ ਅਤੇ 2 ਬੰਦੇ ਸਿਰਫ ਉੱਪਰੋਂ ਤੋੜਨੀ ਹੈ ਬੀਨ ਅਸੀਂ ਉੱਪਰੋਂ ਸਿਰਫ ਇੱਥੋਂ ਲੈ ਕੇ ਤੋੜਨੀ ਹੈ 12 ਬਰਲ ਅਤੇ 3 ਬੰਦਿਆਂ ਨੇ ਤੋੜਨੇ ਥੱਲੋਂ ਬੀਨਾ ਜੀ ਇਹ ਵੀ ਅਸੀਂ ਵੈਸੇ ਕੰਮ ਕੋਈ ਹਾਰਡ ਤਾਂ ਹੈ ਨਹੀਂ ਗਾ ਵੈਸੇ ਗਰਮੀ ਬਹੁਤ ਪੈਂਦੀ ਹੁੰਦੀ ਹੋਰ ਕੋਈ ਪ੍ਰੋਬਲਮ ਨਹੀਂ ਇੱਥੇ ਆਇਓ ਜੀ ਅੱਗੇ ਜੈਸਨ ਆਇਓ ਅੱਗੇ ਤੁਹਾਨੂੰ ਅਗਲਾ ਹਾਊਸ ਦਿਖਾਉਣਾ ਜੀ ਲਓ ਜੀ ਇਹ ਹੈਗਾ ਸਾਡਾ ਦੂਜਾ ਨੰਬਰ ਹਾਊਸ ਸੀ ਅਗਲਾ ਹੈਗਾ ਤੀਜਾ ਚੌਥਾ ਨੰਬਰ ਅੱਗੇ ਚੌਥਾ ਹਾਊਸ ਹੈ ਇਸ ਵਿੱਚ ਬਸ ਬੀਨ ਇਸ ਵਿੱਚ ਬੀਨ ਰੈਡੀ ਹੋਣ ਵਾਲੀ ਇਸ ਨੂੰ ਕਮ ਸੇ ਕਮ ਜੀ ਘੱਟੋ ਘੱਟ 1 ਜਾਂ 2 ਵੀ ਖੋ ਲੱਗਣਾ ਰੈਡੀ ਹੋਣ ਨੂੰ ਤੁਸੀਂ ਦੇਖ ਸਕਦੇ ਹੋ ਪੂਰਾ ਹਾਊਸ ਵੀ ਰੈਡੀ ਇੱਕ ਰੱਖ ਰਹੀ ਬਟ ਤੁਸੀਂ ਹਲੇ ਬੀਨ ਹਲੇ ਹੋਈ ਨਹੀਂ ਕਰੋ ਜੀ ਹੋਰ ਗੱਲ ਕਹਿਣਾ ਚਾਹਾਂਗਾ ਜੀ ਕਿਤੇ ਪੈਸੇ ਕਮਾਉਣੇ ਬਹੁਤ ਔਖੇ ਨੇ ਬਹੁਤ ਜ਼ਿਆਦਾ ਔਖਾ ਅਤੇ
नमस्ते सर, सत श्री अकाल। मैं ना विक्की सिंह जतेंद्र सिंह राणा जी फ्रॉम सिहाड़ा जी विलेज, अपना सिहाड़ा जी, बीपीओ सिहाड़ा जी ते पोस्ट ऑफिस समराड़ा जी। अच्छा, बीपीओ सिहाड़ा जी, पोस्ट ऑफिस सिहाड़ा जी ते तहसील समराड़ा, डिस्ट्रिक्ट लुधियाना जी, पंजाब, इंडिया। सत श्री अकाल ते जी, विपिन वीर जी हुण कुछ दसना चाहते नहीं, उन्होंने सुनो जी। वह हुणे नवे नवे इंडिया तो आए ने जी, ये मैनू जी 3 हफ्ते होए आ ते हले असी काम लभ रहे सीगे ऑकलैंड विच, सिटी विच। सिटी विच काम लभना बहुत ही औखा है, चीनियां ने ला के सारा पूरा मार्केट लुट ली है साड़ी, आके पंजाबियां ने काम कोई छड़िया ही नहीं कहिंदे। ते हुण लास्ट मैसेज दूंगा मैं तुहानू सब नू कि भी जिन्ने भी इत्थे आउणा ना, पहला उधरों काम लभ के आवे इंडिया तो। इधर आके तो कुछ नहीं बनता बई, ना कोई रिश्तेदार आ ते ना ही कोई तुहाडा भैण भरा आ। सत श्री अकाल जी, विपिन वीर जी, आदमपुर, डिस्ट्रिक्ट पंजाब। लो जी, एक तुहानू होर दसना चाहवांगा कि जे काम साढ़े कन पंजाबी मुंडिया नूं मिलदा नहीं हैगा ते एक सामने एक होर काम आ रहे, एक टीवी का काम आई, बट औखा जी है, उस पैसे बथेरे है नहीं, बट जो अगर फ्यूचर मैं कुछ कह नहीं सकता फ्यूचर बारे, उत्थे जो उत्थे टीवी की पिकिंग होंगी ना, उत्थे एक थोड़े झोली पा देंगे, झोली पा देंगे तो 20 किलो जब तक वो भरदा नहीं पूरा ही, तुम उपरों तोड़ी जाने बाहर रह जा, बस थोड़े बाहर अस सारा कुछ तोड़ी जाना, जो दूजे ने पंजाबी होंगे नहीं वो थोड़ा गाला क्ढी जाएंगे। कोई पंजाबी पैसे भी नहीं कई देंगे है, बेचारे लोग पैसे मार लेंगे है, बिलकुल जी। ਇੱਥੇ ਜੇ ਅਸੀਂ ਕਿਵੇਂ 10-15 ਘੰਟੇ ਕੰਮ ਕੀਤੇ ਤਾਂ ਅਸੀਂ ਕਹੂੰਗੇ ਪੈਸੇ ਤੋਂ ਮੈਂ ਨਹੀਂ ਕੰਮ ਕਰਨਾ, ਤਾਂ ਕਹੂਗਾ ਵੀ ਕਾਕਾ ਤੈਨੂੰ ਪੈਸੇ ਨਹੀਂ ਦੇਣੇ, ਤੂੰ ਕੰਮ ਛੱਡ ਕੇ। ਇਹ ਤਾਂ ਸਿਰਫ ਟ੍ਰਾਇਲ ਸੀ ਤੁਹਾਡਾ, ਹੱਲੇ ਕਹਿਣਾ ਇਹਨਾਂ ਨੇ ਇਹੀ ਕਹਿਣਾ ਬਸ। ਚਲੋ ਓਕੇ, ਥੈਂਕ ਯੂ ਬਹੁਤ। ਚਲੋ ਚੰਗਾ ਬਾਈ, ਬਾਈ ਜੀ, ਟਾਟਾ।